आए ना किड्डा सूरज चढ़ गया, ना किसी ने चाह पुसिया ना पानी। ओ भाई तीए चाह चू पुस ला लिया दे चाह मैनू ना। मैनू लगता कंजर दा जवाक जा उठा, ऐ नहीं मैं खेत गेड़ा गूड़ा मारिया वा, सारा दिन कंजर दा अंदर ही वेला पिया रहिंदा है। ओ लिया तीए लिया दे चाह मैनू। लिया पीती है लिया कता जा राई दा नहीं। मैनू पता लगता भी की कही आंदी है कामली जी। ओ तेजी आई पई मिनता जारे दी समझ ही नहीं लगती की कही आंदी है सौरी। ओ आ जा तेजी पुत ठगड़ा कर टाइम ना माड़ा जा, सूरज दे कित्थे आ गया यार। ओ की आ बापू। ओ भाई तेजी की कहंदी आ कुड़ी यार, मैं तां को समझ ही नहीं आउंदी सौरी दी की करी जांदी ऐ जे करी जांदी सी। सूरज दे कित्थे आ गया यार। उठ तां थड़ा बापू दा उ तरी जाना। ओह नहीं ओ सौरी गुड्डी कहंदी मैं तां कोई पता ही लगा यार ओहदा। ओह तैनू लोती पुछदी थी। अच्छा अच्छा हां ते तू हुण आए कर फिर खेत मोटरी छड्डा जाके। खेत जाना मैं। हाँ ओ लैत लेता उदी ता ता ते फिर मैं देत दऊंगा। ओ चल इन्हें पट्ठे पुट्ठे वढ ली यार, तू आप भी ओ पट्ठे भी लऊंगा वध ते बापू दा रूई तरी जाना रहना यार। चलो कह दे गुड्डी नु भी फड़ा दूगी रोटी उनु। मैं तेरी समझ नहीं तंदा बापू दा रता देना यार। कह दे कह भाई। हेलो हेलो ती दे बापू नु पुत्तले दी पिया नरे दंदा दुंदा दे दी नाल उनु दंदा थांदा पूरा टंगा। ਲਿਆ ਪਈ ਲਿਆ ਭਾਈ ਮਾੜਾ ਮੋਟਾ ਸੁਨੇਹਾ ਕਰ ਲਿਆ ਕਰੋ ਕੰਮ ਧੰਦਾ। ਆ ਕੋਈ ਟਾਈਮ ਆ ਰੋਟੀ ਦਾ ਦੁਪਹਿਰ ਗੰਡਾ ਨਹੀਂ ਲੈ ਕੇ ਦਿੱਤਾ ਭਾਈ ਗੰਡਾ ਤਾਂ ਲਿਆ ਦਿੰਦੀ ਸੌਰੀ ਏ। ਹਾਂ ਨਾ ਪਾਣੀ ਵੀ ਲਈ ਹੁਣ ਨਾਲ ਦੀ ਨਾਲ ਹੁਣ ਠੀਕ ਆ ਭਾਈ। ਤੂੰ ਮੱਖਣ ਦੇ ਵੇੜੇ ਯਾਰੀ ਲਾ ਲੈ ਦੋਦੀ ਨਾਲ ਆਏਂਗੀ ਤੂੰ ਮੱਖਣ ਖਣ ਦੇ ਵੇੜੇ ਉਦੋਂ ਲੋ ਭਾਈ। ਯਾਰ ਆ ਕਿਹੜਾ ਬੋਲ ਜੇ ਮਾਰੀ ਜਾਂਦਾ ਮੈਨੂੰ ਲੱਗਦਾ ਦੂਜੀ ਆ ਗਿਆ ਤੀਜੀ ਤਾਂ ਚੱਲ ਖੇਤ ਗਿਆ ਹੋਇਆ। ਉਹ ਭਾਈ ਗੁੱਡੀਏ ਤੇਜੀ ਹੈ ਨਹੀਂ ਭਾਈ ਕਰੇ ਤੂੰ ਜਾ ਕੇ ਦੁੱਧ ਪਾ ਲਿਆ ਦੂਜੀ ਤੋਂ। ਹਾਂ ਪਾ ਲਿਆ ਭਾਈ ਉਹ ਖੜਾ। ਇਹ ਯਾਰ ਗੁੱਡੀ ਕੀ ਸਿਰਜਾ ਮਾਰ ਗਈ ਮੈਂ ਤਾਂ ਲੱਗਦਾ ਕਹਿੰਦੀ ਮੈਂ ਪਵਾ ਕੇ ਨਹੀਂ ਲਿਆਉਂਦੀ ਫਿਰ ਮੈਨੂੰ ਆਪ ਨੂੰ ਜਾਣਾ ਪਊ। ਜਾਗਿਆ ਤਾਂ ਚੱਕ ਲਿਆ ਚੱਲ ਜੇ ਜਾਊਗੀ। तेरी संग जमी नहीं मुझ बोल हैगा मां दीती दे संग दी बहुत जोड़ दे जा ਇਹਨਾਂ ਦਾ ਜੰਟ ਸਕੰਦਰ ਸਕੰਦਰ ਸਕੰਦਰ। ਅੱਛਾ 5-7 ਫੈਂਟ ਤੇਜੀ 2 ਮਿੰਟ ਉਹ ਤੋਂ ਬਾਅਦ ਆ ਗਿਆ ਰਮਣਾ। ਠੀਕ ਆ ਉਹ ਦੁਆਰ ਮਿੱਠੂ ਕਿ ਰਹਿਦਾ ਸਾਹਿਬ ਨਹੀਂ ਆਇਆ ਕਿਹੜਾ ਇਹਦਾ ਇਹਦਾ ਗੁਰਪ੍ਰੀਤ ਦਾ ਦਾ ਕਿਲੋ ਦੁੱਧ ਦਾ ਰੋਜ਼ ਫਰਕ ਪੈਂਦਾ ਪਤਾ ਨਹੀਂ ਕੀ ਚੱਕਰ ਆ। ਅੱਛਾ ਘਟਦਾ ਕਿ ਵੱਧਦਾ? ਘਟਦਾ। ਅੱਛਾ ਇਹ ਮੈਨੂੰ ਲੱਗਦਾ ਯਾਰ ਉਦੋਂ ਨੂੰ ਨਾ ਜਾ ਕੇ ਆਇਆ ਭਾਂਡਾ ਭੂੰਡਾ ਵੀ ਕੰਡੇ 'ਚ ਵੀ ਨੁਕਸ ਪੈ ਜਾਂਦਾ ਹੁਣ ਤੈਨੂੰ ਪਤਾ ਲੋਹ ਹੋ ਜਾਂਦਾ ਕੰਡਾ ਉਦੋਂ। ਡਿਊਟੀ ਕੋ ਲਾਈ ਆ
ਉਹਦਾ ਕਹਿੰਦਾ ਮੈਂ ਤਾਂ ਜਾ ਨਹੀਂ ਉਹਦਾ ਠੰਡਾ ਚੱਲ ਕੋਈ ਨਾ ਜਾ ਹੋਰ ਤੇਰੇ ਬਸ ਠੀਕ ਆ ਹੋਰ ਤਾਂ ਫਿਰ ਕਿਲੋ ਦੁੱਧ ਨਾ ਹੁਣ ਤੂੰ ਗੱਲ ਸੁਣ ਹੁਣ ਤੂੰ ਕਿਲੋ ਦੁੱਧ ਖਾਤਰ ਮੇਰੇ ਤੇ ਸ਼ੱਕ ਕਰਦਾ ਹੈ ਉਹ ਚੱਲ ਨਹੀਂ ਮੈਂ ਵੈਸੇ ਕਹਿਤਾ ਟੱਟੂ ਦੀ ਯਾਰੀ ਹੈ ਯਾਤਰੀ ਚੱਲ ਠੀਕ ਵਾਹ ਤੇਰੇ ਕਿਲੋ ਦੁੱਧ ਤਾਂ ਮੈਂ ਊਂ ਵੀ ਇੱਕ ਦਿਨ ਹੁਣ ਜਿਵੇਂ ਜੋਗੀਆਂ ਦੇ ਜਵਾਕ ਸੀ ਉਹਨਾਂ ਨੂੰ ਵੰਡਿਆ ਆ ਇੱਕ ਦਿਨ ਵਿਚਾਰੀ ਗੂੰਗੀ ਫਿਰੇ ਉਹਨੂੰ ਫੜਾ ਗਿਆ ਦੁੱਧ ਜੋਗਣ ਜਿਹੜੀ ਆਪਣਾ ਭਮੀਰੀਆਂ ਲਈ ਫਿਰਦੀ ਸੀ ਘੱਟ ਜਾਂਦਾ ਫਿਰ ਉਹ ਫਿਰ ਇਹ ਹੁਣ ਤੈਨੂੰ ਪਤਾ ਹੀ ਆ ਹੁਣ ਗਰੀਬ ਬੰਦੇ ਨੂੰ ਦੁੱਧ ਦੇ ਤਾਂ ਕਿੱਡੀ ਗੱਲ ਹੈ ਯਾਰ ਚੱਲ ਕੋਈ ਨਾ ਚਾਹ ਪਾਣੀ ਬਣਾ ਲੈਂਦਾ ਅਗਲਾ ਨਹੀਂ ਸਹੀ ਹੋਰ ਮੈਂ ਮਾੜਾ ਮੋਟਾ ਅੱਜ ਵਾਲਾ ਸਾਹਿਬ ਤਾਂ ਓਕੇ ਆ ਅੱਜ ਵਾਲਾ ਓਕੇ ਆ ਬਾ ਠੀਕ ਆ ਤੜਕੇ ਤੇਰੀ ਨਵੀਂ ਦੱਸੀ ਇੱਥੋਂ ਸਟਾਰਟ ਕਰ ਦਾਂਗੇ ਆਪਾਂ ਠੀਕ ਹੈ ਹਾਂ ਇਹਦਾ ਮੈਂ ਹਿਸਾਬ ਲਾ ਲੂੰ ਅੱਜ ਕਿੰਨੀ ਪੇਮੈਂਟ ਬਣ ਗਈ ਤੇਰੀ ਸ਼ਾਮ ਨੂੰ ਤੈਨੂੰ ਪੇਮੈਂਟ ਦੇ ਦਾਂਗੇ ਬਾ ਠੀਕ ਆ ਹਾਂ ਫੜ ਮਾੜਾ ਮੈਨੂੰ ਪੈਨ ਦੇ ਕੀ ਕਰਨਾ ਹੁੰਦਾ ਕੰਮ ਆ ਮੈਨੂੰ ਕਾ ਪੇ ਲੈ ਲਾ ਬਸ ਮੈਂ ਵੀ ਦੁੱਧ ਲੈ ਕੇ ਦੇਣਾ ਕਿਸੇ ਦਾ ਕੰਮ ਉੱਥੇ ਕਰ ਲੂੰ ਸਾਹਿਬ ਭਰਾ ਉੱਥੇ ਕਰ ਲੂੰ ਹੋਰ ਹੋ ਮੈਂ ਰੱਖ ਦੇਣਾ ਚੱਲ ਚੰਗਾ ਚੱਲ ਵੀ ਸੱਜਣਾ ਮਿੱਠੇ ਗਏ ਘਰੇ ਦੁੱਧ ਪਾ ਲਓ ਜੀ ਹੋਰ ਕਿਵੇਂ ਜੀ ਲਾ ਵੀ ਲੈ ਜਾਓ ਜੀ ਗੌਰ ਕਰ ਲਈ ਹਾਏ ਜਦੋਂ ਜਾਗਦੀ ਆ ਕਾਲ ਦੀ ਖੰਡ ਲੈਂਦੀ ਆ ਤੀਤਾਂ ਦਾ ਤੀ ਦੋਧੀ ਪੈਸੇ ਮੰਗਦਾ ਸੀ ਫਿਰ ਤੂੰ ਤੀ ਦੇਹਾ ਵਧੀਆ ਤਾਜ਼ਾ ਬਾਪੂ ਤਾਂ ਆ ਗਈ ਕੀ ਬੜੀ ਆ ਨੋਤੀ ਖਾਵਾਂ ਦੇ ਰੋਟੀ ਕਹਿ ਦੀ ਹੈ ਰੋਟੀ ਖਾਵਾਂਗੇ ਖਾਵਾਂਗੇ ਪੱਕਾ ਹਾਂ ਹਾਂ ਖਾਵਾਂ ਰੇ ਬਾਲਾ 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 ਹੈ ਮੇਰੀ ਜਾਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਹੋਰ ਠੀਕ ਹੋ ਤੁਸੀਂ? ਜੇ ਮੇਰੇ ਬਾਰੇ ਤੁਹਾਡੇ ਦਿਲ 'ਚ ਕੋਈ ਵੀ ਗੱਲਬਾਤ ਹੈਗੀ ਆ ਨਾ, ਤਾਂ ਮੈਨੂੰ ਜ਼ਰੂਰ ਤੁਸੀਂ ਇੱਕ ਵਾਰੀ ਆਪਣਾ ਲੈਟਰ ਲਿਖ ਕੇ ਦੇ ਦਿਓ, ਜਿੱਦਾਂ ਵੀ ਮੈਨੂੰ, ਬਸ ਮੈਨੂੰ ਪਤਾ ਲੱਗੇ ਵੀ ਹਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ। ਧੰਨਵਾਦ ਜੀ, ਮੈਂ ਤੁਹਾਡਾ ਆਪਣਾ ਡੈਰੀ ਵਾਲਾ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਬੈਦਾ ਮੇਰੇ ਥੈਂਤਲ ਤੇ ਤੱਲੀਆਂ ਵਧਾਉਂਦਾ ਆਉਂ, ਉਹ ਬੈਦਾ ਮੇਰੇ ਥੈਂਤਲ ਤੇ। ਅੱਧ ਵਾਲੀ ਇੱਥੋਂ ਸਾਂ ਤੀ ਹੋ ਦਿਆ, ਉਹ ਤੀ ਹੋ ਜਾ ਤੈਨੂੰ, ਉਹ ਮੇਰੇ ਥਾਲੇ ਦੀਆਂ ਦੇਦੇ ਨੀ ਮੈਨੂੰ, ਓਹੋ ਓਏ ਤੀ ਹੋ ਦਿਆ, ਤੀ ਹੋ ਜਾ ਤੈਨੂੰ, ਹਾਂ ਤੀ ਹੋ ਜਾ, ਤੀ ਹੋ ਜਾ, ਉਹ ਤੀ ਤਹੀਂ ਜਾਨੀ ਆ ਤੂੰ। ਮੈਨੂੰ ਲੱਗਦਾ ਪਾਣੀ ਪੁੱਥੇ ਦੇ ਆ ਵੀ ਇੱਥੇ ਤਾਂ ਸਾਲ ਪੀਏਗਾ ਦੋ ਦਸ, ਚੱਲ ਲਿਆ ਤੇ ਤਾਂ ਲਿਆਉਣੀ ਹੈ। ਉਹ ਯਾਰ ਤੇਜ਼ੀ ਪਤਾ ਨਹੀਂ ਕਿੱਧਰ ਵੱਗ ਗਿਆ, ਘਰੇ ਤਾਂ ਦੀਂਦਾ ਨਹੀਂ, ਉਹਨੂੰ ਐਂ ਚੱਲ ਭੋਗ 'ਤੇ ਭੇਜ ਦਿੰਦੇ, ਚੱਲ ਆਪ ਹੀ ਜਾ ਦਿੰਦੇ ਹਾਂ, ਦੇ ਕੇ ਉਹਨੇ 10 ਰੁਪਏ ਮੱਥਾ ਮੁੜ ਆਵਾਂਗੇ। ਹੁਣ ਇੰਨਾ ਬੰਨੀ ਬਣ ਗਏ 70 100 ਰੁਪਇਆ, 7000 ਕਹਿਣ ਦਾ ਭਾਵ ਇੱਥੇ ਤਾਂ ਕੀ ਰਜਿਸਟਰ ਖੋਲਾਂਗੇ ਯਾਰ, ਤਾਂ ਸੱਜਣਾ ਦਾ ਘਰ, ਇੱਥੇ ਤਾਂ ਬੰਦ ਹੀ ਕਰਦੇ ਆਪਾਂ, ਊਈ ਮਾਰ ਲਾ ਦੋ ਮਿੱਠੀਆਂ। ਹਾਏ ਹਾਏ ਹਾਏ, ਦੀਂਦੇ ਨਹੀਂ ਘਰੇ ਕੋਈ, ਹੈਗਾ ਜੀ ਕੋਈ, ਉਹ ਹੈਗਾ ਜੀ ਘਰੇ ਕੋਈ? ਉਹ ਭਾਈ ਹੈਗਾ ਕੋਈ? ਪਤਾ ਜੀ ਹੈ ਤੇ ਜਣਾ ਦੀ ਆ ਓਏ। ਮੈਨੂੰ ਲੱਗਦਾ ਹੈਗਾ ਘਰੇ ਕੋਈ, ਘਰੇ ਹੈ ਨਹੀਂ ਕੋਈ, ਅਜੇ ਗੋਲੀ ਮਾਰ ਸਾਹਿਬ ਨੂੰ। ਮੈਨੂੰ ਫੜਾ ਦੇ, ਬਾਈ ਜੀ ਦਰਬਾਦੀ ਦੱਖ ਦੱਸ ਕੇ ਵੀ ਨਹੀਂ ਜਾਂਦੀ ਹੈਗੀ ਵੀ ਮੈਂ ਇੱਥੇ ਜਾਂਦੀ ਹਾਂ ਤੰਮ, ਇੰਨਾ ਨਹੀਂ ਪੁੱਛਦਾ। ਤਾਤੀ ਤਾਤੀ ਮੈਂ ਬੋਲ ਨਹੀਂ ਥੀ ਨਾ, ਪੁੱਤ ਦੇਖੀ ਨਹੀਂ ਢੰਗਾ ਜਾਤੀ ਅਤੇ ਬਾਕੀ ਇੰਨਾ ਨੂੰ ਪੁੱਛਦਾ। ਤੁਸੀਂ ਚੁੱਪ ਕਰੋ ਬਸ, ਇੱਧਰੋਂ ਐਂ ਆ ਗਿਆ ਆ ਗਿਆ ਆ ਗਿਆ ਆ ਗਿਆ ਬਾਈ, ਖੜ ਜਾ ਯਾਰ, ਬਾਈ ਬਾਈ ਲਾਈ ਆ ਬਾਈ, ਉਹ ਪਬਜੀ ਖੇਡੀ ਜਾਂਦੇ, ਖੜ ਜਾ ਯਾਰ ਬਾਈ। ਗੱਲ ਸੁਣੀ ਦੱਸ ਬਾਈ, ਮੇਰੀ ਬਹੂ ਨਹੀਂ ਦੇਖੀ? ਨਾ ਨਾ ਬਾਈ, ਅਸੀਂ ਤਾਂ ਬੰਦੇ ਦੇਖੀ ਜਾਂਦੇ ਆ ਪਬਜੀ, ਇੱਦਾਂ ਜਾਂਦੀ ਦੇਖੀ ਨਹੀਂ? ਨਾ ਬਾਈ, ਅਸੀਂ ਕਿਸੇ ਦੀ ਬਹੂ ਨਹੀਂ ਗੀ ਦੇਖੀ, ਖੜ ਜਾ, ਇਹ 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 ਆ ਗਿਆ ਬੰਦਾ, ਖੜ ਜਾ, ਇਹ ਖੜ ਜਾ ਕੰਨ ਤੇ ਤਪਾਕੀ ਸਾਰਾ ਪਿੰਡ ਭਾਲ ਲਿਆ, ਪਤਾ ਨਹੀਂ ਤਿੱਧਰ ਬਚ ਗਈ, ਇੰਨਾ ਨਹੀਂ ਪੁੱਛਦਾ।
ਦਾਤੀ ਵੇ ਭਾਈ ਕਿਹੜਾ ਹੈ ਮੈਂ ਤੇਜੀ ਆ ਦਾਤੀ ਮੇਰੀ ਬਹੂ ਨਹੀਂ ਦੇਖੀ ਉਹ ਤਾਂ ਮੋਟਰਸਾਈਕਲ ਤੇ ਚੜੀ ਜਾਂਦੀ ਦੋਜੀ ਨਾ ਤੇਰੀ ਬਹੂ ਤਾਂ ਅੱਛਾ ਉਹ ਮੇਰੇ ਥਾਲੀ ਦੀ ਇੱਕ ਦੋ ਤਿੰਨ ਤਹੀ ਦਾ ਦਿੱਤੀ ਉਹ ਮੈਂ ਤਾਂ ਸਮਝਿਆ ਤੇ ਪਾਣੀ ਪੁੱਛਦੀ ਆ ਉਹ ਤਾਂ ਮੇਰੇ ਥਾਲੀ ਦੀ ਐਂ ਦਿੰਦੀ ਸੀ ਵੀ ਮੈਂ ਤਾਂ ਤਿੰਨ ਦਿਨਾਂ ਨੂੰ ਭੱਜ ਦੂੰ ਉਹ ਚਾਚੀ ਤੁਰੀ ਆਉਂਦੀ ਆ ਨਾ ਪੁੱਛਦੀ ਹੈ ਕੀ ਕਹਿੰਦੀ ਚਾਚੀ ਉਹਨਾਂ ਦਾ ਬਾਲਾ ਜਾਂ ਕਮਲਾ ਜਾਂ ਤੇਜੂ ਜਾਂ ਨੂੰ ਭੱਜਦਾ ਫਿਰਦਾ ਤੀ ਨਹੀਂ ਉਹਦੀ ਬਹੂ ਭੱਜ ਗਈ ਦੋਜੀ ਨਾਲ ਅੱਛਾ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ ਨਾ ਬਹੁਤ ਖਰਾਬ ਜਿਹਾ ਵਿਚਾਰਾ ਫਿਰਦਾ ਕਿ ਭੱਜਦਾ ਦੱਸ ਕੀ ਕਰੇ ਦੋਦੀਆਂ ਦੇ ਲਾਣੇ ਚੋਂ ਸੁਣੀ ਦਾ ਗੱਭਰੂ ਮਾੜਾ ਮੋਟਾ ਦਾ ਗੋਲਾ ਗੋਲਾ ਲੜੇ ਲੈ ਨੀ ਮੈਡਮ ਜੀ ਉਤਰੋ ਰੋਈ ਉਹ ਦੇਖੀ ਤੂੰ ਸੱਟ ਨਾ ਖਾਲੀ ਆਏ ਹਾਏ ਠੀਕ ਆ ਹੈ ਉਹ ਹੁਣ ਤਾਂ ਬੋਲ ਪਾ ਬੇਬੇ ਕਿਤੇ ਤਾਂ ਤਰਸੀ ਨਾ ਤੇਰੀ ਆਵਾਜ਼ ਸੁਣਨ ਖਤਰਾ ਸੁਣਿਆ ਸੀ ਸਾਲਾ ਪਿਆਰ ਅੰਨਾ ਹੁੰਦਾ ਮੇਰਾ ਤਾਂ ਮੇਰਾ ਸਾਲਾ ਪਿਆਰ ਗੂੰਗਾ ਨਿਕਲਿਆ